ਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਜ਼ੀਸ਼ਾਨ ਅਲੀ ਟੂਰਸ ਮੈਂਟੋਰ ਚੈਨਲ ਦੀ ਤਰਫੋਂ। ਅੱਜ ਅਸੀਂ ਗੱਲ ਕਰਾਂਗੇ ਬੈਲਾਰੂਸ ਦੇ ਮੁਤਲਕ। ਬੈਲਾਰੂਸ ਨੇ ਪਾਕਿਸਤਾਨੀ ਤਾਂ ਇੰਡੀਅਨ ਵਾਸਤੇ ਟੂਰਿਸਟ ਵੀਜ਼ਾ ਤਾਂ ਸਟੂਡੈਂਟ ਵੀਜ਼ਾ ਦੁਬਾਰਾ ਓਪਨ ਕਰ ਦਿੱਤਾ। ਕੋਵਿਡ ਤੋਂ ਬਾਅਦ ਇਹਨਾਂ ਨੇ ਹੁਣ ਓਪਨ ਕੀਤਾ ਵਾ। ਇਹਦੇ ਬਾਰੇ ਮੈਂ ਤੁਹਾਨੂੰ ਮੁਕੰਮਲ ਡਿਟੇਲ ਦਊਂਗਾ ਕਿ ਮਿਨੀਮਮ ਕੁਆਲੀਫਿਕੇਸ਼ਨ ਤੁਹਾਡੀ ਕਿੰਨੀ ਹੋਣੀ ਚਾਹੀਦੀ ਆ, ਫੀਸ ਕਿਤਨੀ ਹੋਣੀ ਚਾਹੀਦੀ ਆ, ਤਾਂ ਬੈਂਕ ਬੈਲੈਂਸ ਕਿਤਨਾ ਹੋਣਾ ਚਾਹੀਦਾ ਵਾ। ਫਿਰ ਤੁਹਾਨੂੰ ਮੈਂ ਟਿਪ ਦਊਂਗਾ, ਜਿਹੜੇ ਟੂਰਿਸਟ ਜਾਣਗੇ ਪਾਕਿਸਤਾਨ ਜਾਂ ਇੰਡੀਆ ਤੋਂ, ਉਹਨਾਂ ਦੀ ਥੋੜ੍ਹੀ ਜਿਹੀ ਇਮੀਗ੍ਰੇਸ਼ਨ ਹਾਰਡ ਆ। ਮੈਂ ਤੁਹਾਨੂੰ ਟਿਪ ਦੱਸਾਂਗਾ ਕਿ ਕਿਸ ਤਰ੍ਹਾਂ ਤੁਸੀਂ ਈਜ਼ੀਲੀ ਬੈਲਾਰੂਸ ਦੇ ਵਿੱਚ ਐਂਟਰ ਹੋ ਸਕਦੇ ਹਾਂ ਟੂਰਿਸਟ ਵੀਜ਼ੇ ਦੇ ਉੱਤੇ, ਠੀਕ ਆ। ਅਤੇ ਵੀਡੀਓ ਨੂੰ ਐਂਡ ਤੱਕ ਦੇਖਣਾ, ਅਗਰ ਵੀਡੀਓ ਪਸੰਦ ਆਵੇ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ, ਠੀਕ ਆ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਪਲੀਜ਼। ਤਾਂ ਚਲੋ ਜੀ, ਅੱਜ ਦੀ ਵੀਡੀਓ ਦੀ ਤਰਫ ਚੱਲਦੇ ਹਾਂ। ਮੈਂ ਤੁਹਾਨੂੰ ਥੋੜ੍ਹਾ ਜਿਹਾ ਛੋਟਾ ਜਿਹਾ ਤਾਰਫ ਕਰਵਾ ਦਿੰਦਾ ਵਾਂ। ਬੈਲਾਰੂਸ ਇਹਦਾ ਕੈਪੀਟਲ ਮਿੰਸਕ ਹੈਗਾ, ਤਾਂ ਉੱਥੇ ਰੋਬਲ ਚੱਲਦਾ, ਬੈਲਾਰੂਸ਼ੀਅਨ ਰੋਬਲ, ਜਿਹੜਾ ਪਾਕਿਸਤਾਨੀ ਤਕਰੀਬਨ 85 ਰੁਪੀਸ ਦਾ ਵਾ। 9.5 million, 95 ਲੱਖ ਦੇ ਕਰੀਬ ਇਹਦੀ ਆਬਾਦੀ ਆ। ਇਹਨਾਂ ਦੀ ਜਿਹੜੀ ਫੇਮਸ ਪਲੇਸਿਸ ਆ ਜਾਂ ਹਿਸਟੋਰੀਕਲ ਪਲੇਸਿਸ ਆ, ਉਹ ਹੈਗੇ ਆ ਕਥੀਡਰਲ ਹੈਗੇ ਆ, ਆਰਥੋਡੋਕਸ ਕਥੀਡਰਲ, ਲੇਕਸ ਦੇਖਣ ਦੇ ਕਾਬਲ ਆ, ਇਹਨਾਂ ਦੇ ਫੋਰੈਸਟ ਜੰਗਲਾਤ ਦੇਖਣ ਦੇ ਕਾਬਲ ਆ, ਅਤੇ ਸਮਾਲ ਵਿਲੇਜ ਜਿਹੜੇ ਨਾ ਇਹਨਾਂ ਨੇ ਉਹ ਬਣਾਏ ਆ, ਵੁਡਨ ਹੌਟ ਜਿਹੜੇ ਹੁੰਦੇ ਆ, ਛੋਟੇ ਛੋਟੇ ਉਹ ਜਿਹੜੇ ਆ ਉਹ ਦੇਖਣ ਦੇ ਕਾਬਲ ਆ, ਠੀਕ ਆ। ਇਹਨਾਂ ਦੀ ਜਿਹੜੀ ਨੇਬਰ ਕੰਟਰੀਜ਼ ਦੇ ਵਿੱਚ ਹੈਗਾ ਵਾ, ਉਹ ਹੈ ਰਸ਼ੀਆ, ਲੈਟਵੀਆ, ਲਿਥੁਆਨੀਆ, ਪੋਲੈਂਡ ਐਂਡ ਯੂਕਰੇਨ। ਇਹ ਇਹਨਾਂ ਦੇ ਨੇਬਰ ਕੰਟਰੀਆਂ ਦੇ ਵਿੱਚ ਆ। ਇਹਨਾਂ ਦੀ ਜਿਹੜੀ ਹੈਗੀ ਆ ਨਾ, ਉੱਥੇ ਇੱਕ ਮੰਥ ਐਕਸਪੈਂਸ ਫੋਰਨਰ ਵਾਸਤੇ ਉਹ ਤਕਰੀਬਨ ਡਿਪੈਂਡ ਕਰਦਾ, ਅਗਰ ਤੁਸੀਂ ਮਿੰਸਕ ਦੇ ਵਿੱਚ ਰਹਿੰਦੇ ਆ ਨਾ ਤਾਂ ਉਹ ਅਰਾਊਂਡ 500 ਤੱਕ ਆ ਸਕਦੇ ਆ ਹੁਣ, ਅਤੇ ਅਗਰ ਤੁਹਾਨੂੰ ਜੋਬ ਲੱਭ ਜਾਵੇ ਉੱਥੇ ਤਾਂ ਬੜੀ ਵੈਲ ਐਂਡ ਗੁੱਡ ਆ, ਤੁਸੀਂ ਈਜ਼ੀਲੀ ਸਰਵਾਈਵ ਕਰ ਸਕਦੇ ਆ। ਅਗਰ ਤੁਸੀਂ ਮਿੰਸਕ ਤੋਂ ਦੂਰ ਰਹਿੰਦੇ ਆ ਕਿਸੇ ਸਮਾਲ ਟਾਊਨ ਦੇ ਵਿੱਚ, ਉੱਥੇ ਤਕਰੀਬਨ $150 to $250 ਮੰਥਲੀ ਜਿਹੜਾ ਤੁਹਾਡਾ ਐਕਸਪੈਂਸ ਹੋ ਜਾਣਗੇ, ਅਕੋਮੋਡੇਸ਼ਨ ਪਲੱਸ ਤੁਹਾਡਾ ਫੂਡ ਐਂਡ ਬਿੱਲ ਇਸ ਤਰ੍ਹਾਂ। ਅਤੇ ਇਹ ਡਿਪੈਂਡ ਕਰਦਾ ਕਿ ਤੁਸੀਂ ਸ਼ੇਅਰਿੰਗ ਦੇ ਵਿੱਚ ਰਹਿੰਦੇ ਆ ਜਾਂ ਤੁਸੀਂ ਅਕੇਲੇ ਰਹਿੰਦੇ ਆ। ਇਸ ਕਰਕੇ ਮੈਂ ਤੁਹਾਨੂੰ ਕਿਹਾ ਕਿ $150 to $250 ਹੋ ਸਕਦਾ ਵਾ। ਚਲੋ ਜੀ, ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਦੇ ਹਾਂ ਸਟੂਡੈਂਟ ਵੀਜ਼ੇ ਦੀ। ਸਟੂਡੈਂਟ ਵੀਜ਼ੇ ਵਾਸਤੇ ਤੁਹਾਨੂੰ ਮਿਨੀਮਮ ਜਿਹੜੀ ਆ ਨਾ ਕੁਆਲੀਫਿਕੇਸ਼ਨ, ਉਹ ਤੁਹਾਡੀ ਮੈਟ੍ਰਿਕ ਹੋਣੀ ਚਾਹੀਦੀ ਆ। ਤੁਹਾਡੀ ਏਜ ਜਿਹੜੀ ਆ ਉਹ ਹੋਣੀ ਚਾਹੀਦੀ ਆ 30 ਤੋਂ ਥੱਲੇ, ਠੀਕ ਆ। ਅਗਰ 30 ਤੋਂ ਉੱਤੇ ਆ ਤੁਸੀਂ ਹਾਇਰ ਡਿਗਰੀ ਵਾਸਤੇ ਜਾ ਸਕਦੇ ਆ, ਲੇਕਿਨ ਮਿਨੀਮਮ ਜਿਹੜੀ ਆ ਨਾ ਉਹਦੀ 30 years ਓਲਡ ਆ, ਜਿਹਦੇ ਵਿੱਚ ਤੁਸੀਂ ਫਾਊਂਡੇਸ਼ਨ ਕੋਰਸ ਦੇ ਵਿੱਚ ਦਾਖਲਾ ਲੈਣਾ। ਜਿਹੜੀ ਬੈਂਕ ਸਟੇਟਮੈਂਟ ਆ ਉਹ ਹੋਣੀ ਚਾਹੀਦੀ ਆ ਅਰਾਊਂਡ 12 lakh ਮਿਨੀਮਮ, ਜਿਹੜੀ ਪਾਕਿਸਤਾਨੀ 12 lakh ਤੋਂ ਉੱਤੇ ਹੋਣੀ ਚਾਹੀਦੀ ਆ। ਫਿਰ ਜਿਹੜੀ ਤੁਹਾਡੀ ਮੈਟ੍ਰਿਕ ਦੀ ਸਨਅਤ ਆ ਉਹ ਤੁਸੀਂ ਆਪਣੀ ਅਟੈਸਟਡ ਕਰਵਾਉਣੀ ਆ, ਤਾਂ ਉਹਦੇ ਟ੍ਰਾਂਸਲੇਟ ਕਰਵਾਉਣਾ ਵਾ ਰਸ਼ੀਅਨ ਜਾਂ ਬੈਲਾਰੂਸ਼ੀਅਨ ਦੇ ਵਿੱਚ, ਠੀਕ ਹੈ ਜੀ। ਇਹ ਤਾਂ ਹੋ ਗਈਆਂ ਦੋ ਚੀਜ਼ਾਂ। ਇਹ ਤਾਂ ਬਹੁਤ ਈਜ਼ੀ ਪ੍ਰੋਸੈਸ ਹੈਗਾ ਵਾ, ਤੁਸੀਂ ਕੋਈ ਵੀ ਕਾਲਜ ਦੇਖ ਲਓ, ਤੁਸੀਂ ਫੀਸ ਉੱਥੇ ਜਾ ਕੇ ਦੇਣੀ ਆ। ਪਾਕਿਸਤਾਨ 'ਚੋਂ ਜਾਂ ਇੰਡੀਆ ਤੋਂ ਕੋਈ ਫੀਸ ਨਾ ਪਹਿਲਾਂ ਲੈਂਦੇ ਆ, ਉਹ ਤੁਸੀਂ ਉੱਥੇ ਜਾ ਕੇ ਜਮ੍ਹਾਂ ਕਰਾਉਣੀ ਆ। 1 ਸਾਲ ਦੀ ਜਿਹੜੀ ਫੀਸ ਆ ਇਨਕਲੂਡ ਤੁਹਾਡਾ ਜਿਹੜਾ ਵਾ ਉਹ ਅਕੋਮੋਡੇਸ਼ਨ ਕਾਲਜ ਦੀ ਤਰਫੋਂ, ਉਹ ਤੁਹਾਨੂੰ ਤਕਰੀਬਨ ਉਹਦੀ ਹੈਗੀ ਆ $1500 1 ਸਾਲ ਦੀ ਫੀਸ, ਠੀਕ ਆ। ਅਤੇ ਜਦੋਂ ਤੁਸੀਂ ਇਮੀਗ੍ਰੇਸ਼ਨ 'ਤੇ ਉੱਥੇ ਪਹੁੰਚੋਗੇ ਅਤੇ ਉਹ ਤੁਹਾਨੂੰ ਜਿਹੜੇ ਉਹਨਾਂ ਦੇ ਮੁਤਲਕਾ ਜਿਹੜੇ ਬੰਦੇ ਹੁੰਦੇ ਕਾਲਜ ਦੇ, ਉਹ ਤੁਹਾਨੂੰ ਲੈਣ ਆ ਜਾਣਗੇ ਏਅਰਪੋਰਟ 'ਤੇ। ਕੋਈ ਕੁਐਸਚਨ ਨਹੀਂ ਪੁੱਛਣਗੇ, ਕੋਈ ਗੱਲਬਾਤ ਨਹੀਂ, ਤੁਸੀਂ ਉਹ ਲੈਣ ਆਉਣਗੇ, ਤੁਸੀਂ ਬਾਹਰ ਚਲੇ ਜਾਣਾ ਵਾ, ਸਿੰਪਲ ਐਜ਼ ਦੈਟ। ਦੂਸਰੀ ਹੁੰਦੀ ਹੈ ਜੀ ਸੀ ਇਨਵੀਟੇਸ਼ਨ, ਟੂਰਿਸਟ ਜਿਹੜੀ ਹੁੰਦੀ ਹੈ ਇਨਵੀਟੇਸ਼ਨ, ਉਹ ਤੁਸੀਂ ਕਿਸੇ ਵੀ ਮਤਲਬ ਹੋਟੈਲ ਦੇ ਵਿੱਚੋਂ ਜਾਂ BNP ਦੇ ਵਿੱਚੋਂ ਤੁਸੀਂ ਲੈ ਸਕਦੇ ਹਾਂ। ਤੁਹਾਨੂੰ ਮੈਂ ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿੰਦਾ ਵਾਂ ਕਿ ਤੁਸੀਂ ਕੋਸ਼ਿਸ਼ ਇਹ ਕਰਿਓ, ਇਹ ਟਿਪ ਹੀ ਆ ਇਹ। ਅੱਛਾ, ਤੁਸੀਂ ਹੋਟਲ ਵਾਲਿਆਂ ਨੂੰ ਇਹ ਗੱਲ ਕਹਿਣੀ ਆ ਕਿ ਮੇਰੇ ਵਾਸਤੇ ਨਾ ਇੱਕ ਜਿਹੜਾ ਤੁਹਾਡਾ ਹੋਟਲ ਦਾ ਡਰਾਈਵਰ ਆ ਏਅਰਪੋਰਟ ਦੇ ਉੱਤੇ ਉਹ ਭੇਜ ਦੇਵੇ, ਕਿਉਂ ਇਹਨਾਂ ਦੀ ਇਮੀਗ੍ਰੇਸ਼ਨ ਥੋੜ੍ਹੀ ਹਾਰਡ ਆ, ਬਹੁਤ ਕੁਐਸਚਨ ਕਰਦੇ ਆ। ਅਗਰ ਤੁਸੀਂ ਜ਼ਿਆਦਾ ਪੜ੍ਹੇ ਲਿਖੇ ਨਹੀਂ, ਤੁਸੀਂ ਕਨਵਿੰਸ ਨਹੀਂ ਕਰ ਸਕਦੇ, ਉਹਨਾਂ ਨੂੰ ਵੀ ਇੰਗਲਿਸ਼ ਇਤਨੀ ਜ਼ਿਆਦਾ ਨਹੀਂ ਆਉਂਦੀ, ਤੁਸੀਂ ਤੁਹਾਡੀ ਟਿਕਟ ਵੀ ਜ਼ਾਇਆ ਹੋਏਗੀ,
ਤੁਹਾਨੂੰ ਉਹ ਡਿਪੋਰਟ ਵੀ ਕਰ ਦੇਣਗੇ। ਇਹ ਮਸ਼ਹੂਰ ਆ ਕੰਟਰੀ ਇਹ। ਇੱਥੇ ਇੱਕ ਬੰਦੇ ਦਾ ਸ਼ੈਂਗਨ ਵੀਜ਼ਾ ਲੱਗਾ ਹੋਇਆ, ਟੂਰਿਸਟ ਵੀਜ਼ਾ, ਉਹ ਨਹੀਂ ਉਹਨਾਂ ਨੇ ਐਂਟਰੀ ਨਹੀਂ ਸੀ ਦਿੱਤੀ। ਵੱਲਾ ਹੂ ਆਲਮ ਕੀ ਰੀਜ਼ਨ ਸੀ ਕੀ ਨਹੀਂ ਸੀ, ਉਹਨਾਂ ਨੇ ਐਂਟਰੀ ਨਹੀਂ ਸੀ ਦਿੱਤੀ। ਤੁਸੀਂ ਉਹਨਾਂ ਨੂੰ ਕਹਿਣਾ ਵਾ ਕਿ ਯਾਰ ਤੁਸੀਂ ਜਿਹੜਾ ਤੁਹਾਡੇ ਹੋਟਲ ਦਾ ਉਹ ਨਾ ਡਰਾਈਵਰ ਆ, ਜਿਹੜਾ ਉਹਦੀ ਹੋਟਲ ਦੀ ਡਰਾਈਵਿੰਗ ਕਰਦਾ ਵਾ, ਉਹਨੂੰ ਤੁਸੀਂ ਭੇਜ ਦਿਓ, ਉਹਦਾ ਨੰਬਰ ਤੁਹਾਨੂੰ ਸੈਂਡ ਕਰ ਦੇਣਾ ਪਹਿਲਾਂ ਹੀ। ਇਹ ਟੂਰਿਸਟ ਵਾਸਤੇ ਆ, ਨੰਬਰ ਤੁਹਾਨੂੰ ਸੈਂਡ ਕਰ ਦੇਣ, ਤੁਸੀਂ ਉਹਨਾਂ ਨੂੰ ਡਾਇਰੈਕਟ ਉਹਨੂੰ ਈਮੇਲ ਕਰੋ, ਸੋਰੀ ਵਟਸਐਪ ਕਰੋ, ਜਾਂ ਉਹਨਾਂ ਨੂੰ ਫੋਨ ਦੇ ਉੱਤੇ ਗੱਲ ਕਰੋ ਕਿ ਉਹਨੂੰ ਕਹਾਂ ਯਾਰ ਮੈਂ ਤੈਨੂੰ ਨਾ $50 ਤੈਨੂੰ ਮੈਂ ਐਕਸਟਰਾ ਦਊਂਗਾ ਅਗਰ ਤੂੰ ਮੈਨੂੰ ਲੈਣ ਆ ਜਾਊਂਗਾ। ਇਮੀਗ੍ਰੇਸ਼ਨ ਦੇ ਵਿੱਚ ਕੋਈ ਵੀ ਸਵਾਲ ਪੁੱਛਣ, ਹੋਟਲ ਦੀ ਤੁਸੀਂ ਕਨਫਰਮੇਸ਼ਨ ਦਿਖਾਓ ਅਤੇ ਨੰਬਰ ਉਹਦਾ ਦੇ ਦਿਓ ਜਿਹੜਾ ਡਰਾਈਵਰ ਆ, ਉਹ ਬਾਕੀ ਡਰਾਈਵਰ ਆਪੇ ਸੰਭਾਲ ਲਏਗਾ। ਉਹਨੂੰ ਪਤਾ ਕਿ ਮੈਂ $50 ਲੈਣੇ ਆ ਅਤੇ ਉਹ ਤੁਹਾਨੂੰ ਉਹ ਗੱਲ ਆਪੇ ਇਮੀਗ੍ਰੇਸ਼ਨ ਨਾਲ ਕਰ ਲਏਗਾ। ਅਗਰ ਤੁਸੀਂ ਯਾਨੀ ਕਿ ਅਗਰ ਤੁਹਾਨੂੰ ਰੋਕਦੇ ਆ ਤਾਂ ਇਹ ਬਿਹਤਰੀਨ ਆ, ਰੋਕਦੇ ਉਸ ਤਕਰੀਬਨ ਸਭ ਨੂੰ ਹੀ ਆ, ਜਿਹੜੇ ਫੋਰਨਰ ਆ ਨਾ ਸਭ ਨੂੰ ਰੋਕਦੇ ਆ, ਸਪੈਸ਼ਲੀ ਜਿਹੜੇ ਕਲਰਡ ਪੀਪਲ ਆ, ਅਸੀਂ ਕਲਰਡ ਆ ਨਾ ਇੰਡੀਅਨ ਪਾਕਿਸਤਾਨੀ, ਸਾਨੂੰ ਰੋਕਦੇ ਆ। ਅੱਛਾ ਜੀ, ਇਹ ਤਾਂ ਇੱਥੇ ਦੀ ਟਿਪ ਸੀਗੀ, ਇਹਨੂੰ ਯਾਦ ਰੱਖਣਾ, ਤੁਸੀਂ ਮੈਨੂੰ ਵਾਕਈ ਯਾਦ ਕਰੋਗੇ ਕਿ ਯਾਰ ਤੁਸੀਂ ਅੱਛੀ ਟਿਪ ਦਿੱਤੀ ਆ। ਅਤੇ ਅਗਰ ਵੀਡੀਓ ਇੱਥੇ ਤੱਕ ਪਸੰਦ ਆਈ ਤਾਂ ਪਲੀਜ਼ ਇੱਕ ਲਾਈਕ ਬਣਦਾ। ਹੁਣ ਆ ਜਾਂਦੀ ਹੈ ਡੀ ਇਨਵੀਟੇਸ਼ਨ। ਅਗਰ ਤਾਂ ਤੁਹਾਡਾ ਕੋਈ ਫੈਮਿਲੀ ਫਰੈਂਡ ਉੱਥੇ ਆ, ਡੀ ਇਨਵੀਟੇਸ਼ਨ ਹੁੰਦੀ ਆ, ਸਿੱਧਾ ਸਿੱਧਾ ਹੀ ਉਹ ਇੰਡੈਫੀਨੇਟ ਹੀ ਹੁੰਦਾ। ਇੰਡੈਫੀਨੇਟ ਮੀਨ ਪਰਮਾਨੈਂਟ ਰੈਜੀਡੈਂਸੀ ਹੁੰਦੀ ਆ ਉਹ। ਉੱਥੇ ਤੁਸੀਂ ਬਿਜ਼ਨਸ ਕਰ ਸਕਦੇ ਆ, ਕੋਈ ਪ੍ਰੋਪਰਟੀ ਪਰਚੇਸ ਕਰ ਸਕਦੇ ਆ, ETC। ਉਹਦੇ ਵਾਸਤੇ ਅਗਰ ਤਾਂ ਤੁਹਾਡਾ ਕੋਈ ਫੈਮਿਲੀ ਫਰੈਂਡ ਤੁਹਾਨੂੰ ਦੇ ਰਿਹਾ ਵਾ ਉਹ ਇਨਵੀਟੇਸ਼ਨ, ਵੈਰੀ ਗੁੱਡ ਆ, ਬਹੁਤ ਅੱਛੀ ਚੀਜ਼ ਆ। ਅਗਰ ਤੁਹਾਡੇ ਤੁਸੀਂ ਕਿਸੇ ਰੈਫਰੈਂਸ ਦੇ ਨਾਲ ਉਹਨਾਂ ਦੇ ਕੋਲੋਂ ਡੀ ਇਨਵੀਟੇਸ਼ਨ ਲੈ ਰਹੇ ਹੈ ਨਾ, ਉਹਦੇ ਨਾਲ ਪਲੀਜ਼ ਇਹ ਗੱਲ ਜ਼ਰੂਰ ਕਰਨੀ ਆ ਕਿ ਯਾਰ ਕਿਉਂਕਿ ਪੈਸੇ ਤੁਹਾਡੇ ਕੋਲ ਡਿਮਾਂਡ ਕਰਨਗੇ। ਵੱਲਾ ਹੂ ਆਲਮ ਜਿਤਨੇ ਵੀ ਆ, ਮੈਂ ਇਹਦੇ ਹੱਕ 'ਚ ਨਹੀਂ, ਲੇਕਿਨ ਮੈਂ ਤੁਹਾਨੂੰ ਬਚਾਉਣ ਵਾਸਤੇ ਕਹਿੰਦਾ, ਫਰੋਡ ਹੋ ਰਿਹਾ ਉੱਥੇ। ਤੁਹਾਡੇ ਕੋਲ ਕੋਈ ਪੈਸੇ ਮੁਤਾਲਬਾ ਕਰੇ, ਉਹਨਾਂ ਨੂੰ ਕਹੋ ਕਿ ਯਾਰ ਮੈਂ ਜਦੋਂ ਬੈਲਾਰੂਸ ਇਨ ਹੋ ਜਾਊਂਗਾ ਨਾ, ਮੈਂਸਕ ਏਅਰਪੋਰਟ ਤੋਂ ਮੈਂ ਕ੍ਰੋਸ ਕਰਕੇ ਇਨ ਹੋ ਜਾਊਂਗਾ, ਮੈਂ ਉਦੋਂ ਦਊਂਗਾ। ਉਹਦੀ ਤੁਹਾਨੂੰ ਮੈਂ ਰੀਜ਼ਨ ਦੱਸ ਦਿੰਦਾ। ਉਹ ਕੀ ਕਰਦੇ ਕੀ ਆ, ਤੁਹਾਨੂੰ ਪਰਸਨਲ ਇਨਵੀਟੇਸ਼ਨ ਦੇ ਦਿੱਤੀ, ਜਿਹਨੂੰ ਡੀ ਇਨਵੀਟੇਸ਼ਨ ਕਹਿੰਦੇ ਆ, ਤੁਸੀਂ ਏਅਰਪੋਰਟ 'ਤੇ ਆ ਗਏ, ਉਹਨਾਂ ਨੇ ਤੁਹਾਨੂੰ ਜਾਣ ਹੀ ਨਹੀਂ ਦੇਣਾ। ਤੁਸੀਂ ਜੋ ਮਰਜ਼ੀ ਉਹਨਾਂ ਨੂੰ ਸਟੋਰੀਆਂ ਸੁਣਾਉਂਦੇ ਰਹੋ ਕਿ ਮੈਂ ਇਸ ਤਰ੍ਹਾਂ ਵਾਂ ਜਾਂ ਯੇ ਆ, ਤੁਹਾਡੀ ਇੰਗਲਿਸ਼ ਵੀ ਭਲਾ ਬਹੁਤ ਅੱਛੀ ਹੋਵੇ, ਤੁਹਾਨੂੰ ਨਹੀਂ ਉਹਨਾਂ ਨੇ ਜਾਣ ਦੇਣਾ ਅਨਲੈਸ ਅਨਟਿਲ ਕਿ ਉਹ ਬੰਦਾ ਕਵੇ ਅਤੇ ਉਹ ਏਅਰਪੋਰਟ 'ਤੇ ਤੁਹਾਨੂੰ ਲੈਣ ਆਵੇ ਅਤੇ ਉਹ ਇਮੀਗ੍ਰੇਸ਼ਨ ਨੂੰ ਕਵੇ ਕਿ ਹਾਂ ਮੈਂ ਇਹਨੂੰ ਦਿੱਤੀ ਇਨਵੀਟੇਸ਼ਨ। ਉਹ ਕੀ ਕਰਦੇ ਕੀ ਆ, ਤੁਸੀਂ ਉੱਥੇ ਏਅਰਪੋਰਟ 'ਤੇ ਪਹੁੰਚ ਗਏ, 2.5-3 ਲੱਖ ਦੀ ਤੁਸੀਂ ਟਿਕਟ ਲਈ ਪਾਕਿਸਤਾਨੀ ਰੁਪੀਜ਼ ਦੀ, ਜਾਂ ਸ਼ਾਇਦ ਇਸ ਤੋਂ ਜ਼ਿਆਦਾ ਹੋਵੇ, ਹੁਣ ਤਕਰੀਬਨ 3-1 ਲੱਖ ਦੇ ਕਰੀਬ ਆ, ਤੁਸੀਂ ਪਹੁੰਚ ਗਏ। ਇਮੀਗ੍ਰੇਸ਼ਨ ਨੇ ਕਹਿਣਾ ਬੰਦਾ ਕਿੱਥੇ ਆ, ਉਹ ਬੰਦਾ ਦਿਲ ਕਰੇ ਏਅਰਪੋਰਟ 'ਤੇ ਹੀ ਹੋਵੇ, ਲੇਕਿਨ ਉਹਨੇ ਤੁਹਾਡੀ ਕਾਲ ਨਹੀਂ ਅਟੈਂਡ ਕਰਨੀ, ਉਹਨਾਂ ਨੇ 3 ਦਫਾ ਕਾਲ ਕਰਨੀ ਆ, ਜਾਂ ਤੁਹਾਨੂੰ ਰਿਪੋਰਟ ਕਰਨਗੇ, ਤੁਹਾਡੀ ਟਿਕਟ ਵੀ ਗਈ, ਉਹ ਜਿਹੜੇ ਉਹਨਾਂ ਨੇ ਥੋੜ੍ਹੇ ਬਹੁਤ ਪੈਸੇ ਲਏ ਹੋਣੇ ਉਹ ਵੀ ਗਏ। ਜਾਂ ਉਹ ਕੀ ਕਰੇਗਾ, ਉਹਨੇ ਕਹਿਣਾ ਕਿ ਜਿਹੜੇ ਇਮੀਗ੍ਰੇਸ਼ਨ ਵਾਲੇ ਆ ਉਹ ਪੈਸੇ ਮੰਗ ਰਹੇ ਆ, $2,000, $3,000, ਫਰੋਡ ਹੁੰਦਾ, ਉਹ ਨਹੀਂ ਮੰਗਦੇ ਪੈਸੇ, ਇਹ ਸਾਡੇ ਬੰਦੇ ਫਰੋਡ ਕਰਦੇ ਆ, ਠੀਕ ਆ। ਅਤੇ ਤੁਸੀਂ ਉਹਨਾਂ ਨੂੰ ਇਹੀ ਗੱਲ ਕਹਿਣੀ ਹੈ ਕਿ ਯਾਰ ਮੈਂ ਇੱਥੇ ਐਂਟਰ ਹੋ ਕੇ ਨਾ ਬੈਲਾਰੂਸ ਦੇ ਵਿੱਚ, ਫਿਰ ਮੈਂ ਤੁਹਾਨੂੰ ਪੈਸੇ ਦਊਂਗਾ, ਇੱਕ ਚੀਜ਼ ਦੇ ਇਸ ਤਰ੍ਹਾਂ ਵਾ। ਅਤੇ ਇਸ ਤੋਂ ਬਚਿਓ, ਸਾਡੇ ਬੰਦੇ ਹੀ ਫਰੋਡ ਕਰਦੇ ਆ, ਮੈਂ ਉਹਨਾਂ ਦੇ ਅੱਗੇ ਰਿਕੁਐਸਟ ਕਰੂੰਗਾ ਕਿ ਇਸ ਤਰ੍ਹਾਂ ਨਾ ਕਰੋ ਪਲੀਜ਼। ਉਹ ਵਿਚਾਰੇ ਪਤਾ ਨਹੀਂ ਕਿਸ ਤਰ੍ਹਾਂ ਉੱਥੇ ਪਹੁੰਚਦੇ ਆ ਕਿ ਅਸੀਂ ਇੱਥੋਂ ਇਹਨੂੰ ਬੇਸ ਬਣਾ ਕੇ ਯੂਰਪ ਚਲੇ ਚੱਲਾਂਗੇ, ਇਸ ਤਰ੍ਹਾਂ ਨਹੀਂ ਹੈ, ਕਰੋ ਪਲੀਜ਼ ਜੀ। ਦੋਸਤੋ, ਮੇਰੀ ਇਹਨਾਂ ਟਿਪਸ ਨੂੰ ਯਾਦ ਰੱਖਿਓ ਪਲੀਜ਼। ਤਾਂ ਵੀਡੀਓ ਅਗਰ ਅੱਛੀ ਲੱਗੀ ਆ ਤਾਂ ਪਲੀਜ਼ ਲਾਈਕ ਕਰ ਦੇਣਾ, ਸ਼ੇਅਰ ਕਰਨਾ, ਕਮੈਂਟ ਕਰਨਾ, ਤਾਂ ਬੈੱਲ ਆਈਕਨ ਨੂੰ ਪ੍ਰੈਸ ਕਰ ਦੇਣਾ, ਚੈਨਲ ਨੂੰ ਸਬਸਕ੍ਰਾਈਬ ਕਰੋ। ਅਗਲੀ ਵੀਡੀਓ ਤੱਕ ਇਜਾਜ਼ਤ ਦਿਓ, ਗੁੱਡ ਲੱਕ।